ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਗਵਾਹ ਹੈ ਕਿ ਸਿੱਖਾਂ ਦਾ ਜਦੋਂ ਵੀ ਨੁਕਸਾਨ ਕੀਤਾ ਜਦੋਂ ਵੀ ਬੇੜਾ ਕਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਆਪਣੇ ਵਿੱਚ ਬੈਠੇ ਜਿਹੜੇ ਬਹਿਰੂਪੀਏ ਨੇ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਇਦਾਂ ਦਾ ਹੀ ਅੱਜ ਇੱਕ ਮੈਂ ਤੁਹਾਨੂੰ ਬਹਿਰੂਪੀਆ ਦਿਖਾਉਂਗਾ ਜਿਸ ਬਾਬੇ ਨੇ ਸਿੱਖੀ ਦਾ ਬੜਾ ਵੱਡਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਸਟੇਜਾਂ ਦੇ ਉੱਤੇ ਗੱਲਾਂ ਕਰਦਾ ਸਿੱਖੀ ਦੀਆਂ ਸਿੱਖੀ ਇਤਿਹਾਸ ਦੀਆਂ ਦੇ ਬਾਣੀ ਦੇ ਨਾਂ ਤੇ ਗਾਣੇ ਸੁਣਾਉਂਦਾ ਵਾ ਚਲੋ ਇੱਕ ਗਾਣੇ ਸੁਣਾਉਣੇ ਉਹ ਗੱਲਾਂ ਇੱਕ ਵੱਖਰੀਆਂ ਰਹਿ ਗਈਆਂ ਪੀਰਾਂ ਦੀਆਂ ਦਰਗਾਹਾਂ ਤੇ ਜਾ ਕੇ ਉੱਥੇ ਆਪਣੇ ਖਾੜੇ ਲਾਉਣੇ ਉਹ ਗੱਲ ਇੱਕ ਅਲੱਗ ਰਹਿ ਗਈ ਪਰ ਜਿਹੜਾ ਇਹਨੇ ਆ ਕਰਤੂਤ ਆ ਕੰਮ ਕੀਤੀ ਆ ਇਹਦਾ ਜਵਾਬ ਮੈਨੂੰ ਇਹ ਬਾਬਾ ਵੀ ਦਏ ਤੇ ਇਹਨੂੰ ਜਿਹੜੇ ਸੁਣਨ ਵਾਲੇ ਨੇ ਉਹ ਵੀ ਦੇਣ ਮੈਂ ਗੱਲ ਕਰਨ ਜਾ ਰਿਆਂ ਬਾਬਾ ਗੁਲਾਬ ਸਿੰਘ ਚਮਕੌਰ ਸਾਹ ਵਾਲੇ ਦੀ ਹਾਂਜੀ ਬਿਲਕੁਲ ਤੁਸੀਂ ਵੀ ਹੋ ਸਕਦਾ ਇਹਦੇ ਫੈਨ ਹੋਵੋ ਪਰ ਜਿਹੜੀ ਮੈਂ ਤੁਹਾਨੂੰ ਅੱਜ ਇਸ ਬਾਬੇ ਦੀ ਕਰਤੂਤ ਦੱਸਾਂਗਾ ਇਸ ਤੋਂ ਬਾਅਦ ਇਹਦੀਆਂ ਵੀ ਚੀਕਾਂ ਨਿਕਲੀਆਂ ਇਹਦੀਆਂ ਚੇਲਿਆਂ ਦੇ ਵੀ ਨਿਕਲੀਆਂ ਨੇ ਤੇ ਉਹਨਾਂ ਦੀਆਂ ਵੀ ਨਿਕਲੀਆਂ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਹਿਣਾ ਕਿ ਵੀਡੀਓ ਡਿਲੀਟ ਕਰ ਦੋ ਗੱਲ ਕਰਨ ਜਾ ਰਿਹਾ ਕਿ ਇਹ ਬੰਦਾ ਮੈਨੂੰ ਜਵਾਬ ਦੇ ਗੁਲਾਬ ਸਿੰਘ ਕਿ ਮੈਨੂੰ ਦੱਸੇ ਕਿ ਸਿੱਖੀ ਦੇ ਵਿੱਚ ਕਿਤੇ ਹਮਣ ਕਰਨਾ ਕਨਸੈਪਟ ਹੈ ਕਿਤੇ ਹੈ ਕਿ ਆਪਾਂ ਹਮਣ ਕਰਕੇ ਲੋਕਾਂ ਦੇ ਕੰਮ ਸਵਾਰੀ ਕਾਰਜ ਸਵਾਰੀਏ ਤੇ ਜਾਂ ਹਮਣ ਕਰਕੇ ਆਪਾਂ ਲੋਕਾਂ ਨੂੰ ਸੋਨੇ ਲੱਭ ਕੇ ਦੇਈਏ ਤੇ ਗੱਲ ਹਮਣ ਤੱਕ ਹੀ ਨਹੀਂ ਰਹਿ ਗਈ ਉਸ ਤੋਂ ਬਾਅਦ ਕਤਲਾਂ ਦੀ ਵੀ ਗੱਲ ਆਈ ਹੈ ਇੰਸ਼ੋਰੈਂਸ ਕੰਪਨੀਆਂ ਵੀ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਠੱਗਿਆ ਲੋਕਾਂ ਨੂੰ ਵੀ ਠੱਗਿਆ ਲੋਕਾਂ ਦੇ ਕਤਲ ਵੀ ਹੋਏ ਨੇ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਖੁੱਲਕੇ ਸ਼ੁਰੂ ਗੱਲ ਕਰ ਲੈਨੇ ਆਂ ਮਾਤਾ ਬੰਗਲਾ ਮੁਖੀ ਦੇ ਹਵਣ ਤੋਂ ਗੱਲ ਹੈਗੀ ਦੁਰਾਹੇ ਦੇ ਨੇੜੇ ਇੱਕ ਪਿੰਡ ਪੈਂਦਾ ਵਾ ਉੱਥੇ ਗਲਾਬ ਸਿੰਘ ਨੇ ਇੱਕ ਪਰਿਵਾਰ ਨੂੰ ਮੂਰਖ ਬਣਾਇਆ ਕਿ ਤੁਹਾਡੀ ਕੋਠੀ ਦੇ ਥੱਲੇ ਸੋਨਾ ਦੱਬਿਆ ਤੇ ਉਹ ਸੋਨਾ ਮੈਂ ਤੁਹਾਨੂੰ ਲੱਭ ਕੇ ਦਊਂਗਾ ਇਹਦੇ ਵਾਸਤੇ ਮੈਨੂੰ ਤਿੰਨ ਹਮਣ ਕਰਨੇ ਪੈਣਗੇ ਪਹਿਲੇ ਹਮਣ ਦਾ ਖਰਚਾ 21000 ਦੂਜੇ ਦਾ 51000 ਤੇ ਫਿਰ ਲੱਖ ਰੁਪਈਆ ਖਰਚਾ ਲੱਗੂਗਾ ਤਿੰਨ ਹਮਣਾਂ ਦਾ ਤੇ ਇਹਦਾ ਨਮੂਨਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਖੱਡਾ ਪੁੱਟ ਕੇ ਦੱਸ ਦੂੰਗਾ ਉਹਦੇ ਤੋਂ ਬਾਅਦ ਤੁਹਾਨੂੰ ਹੋਰ ਸੋਣਾ ਲੱਭੂਗਾ ਇੱਕ ਵਾਰੀ ਤੁਹਾਨੂੰ ਐਗਜ਼ਾਮਪਲ ਦੇ ਦਾਂਗੇ ਖੱਡਾ ਪੁੱਟ ਦੀਆਂ ਫੋਟੋਆਂ ਆ ਤੁਸੀਂ ਸਾਹਮਣੇ ਦੇਖ ਲਿਓ ਇਹਦੇ ਨਾਲ ਇਹਦੇ ਬੰਦਿਆਂ ਵੱਲੋਂ ਚੰਗੀ ਭਲੀ ਕੋਠੀ ਦਾ ਮਾਰਬਲ ਪੁੱਟ ਕੇ ਤੇ ਥੱਲੋਂ ਆਪ ਹੀ ਇੱਕ ਛੋਟਾ ਜਿਹਾ ਟੁਕੜਾ ਸੋਨੇ ਦਾ ਨਾਲ ਲੈ ਕੇ ਗਿਆ ਜਿਹੜਾ ਇਹਨੇ ਇੱਕ ਸੁਨਾਰੇ ਕੋਲ ਖੜਿਆ ਸੁਨਾਰੇ ਦਾ ਨਾਮ ਹੀ ਮੇਰੇ ਕੋਲ ਹੈਗਾ ਜਿਹੜੇ ਬੰਦੇ ਨੇ ਉਹਨੂੰ ਲਿਆ ਉਹ ਵੀ ਸਾਰਾ ਮੈਨੂੰ ਪਤਾ ਉਹ ਸੋਨੇ ਦਾ ਟੁਕੜਾ ਆਪਣੇ ਦਿਮਾਲੇ ਦੇ ਵਿੱਚ ਪਰਨੇ ਦੇ ਵਿੱਚ ਰੱਖ ਕੇ ਤੇ ਜਦੋਂ ਪੁੱਟਿਆ ਤੇ ਉਹਦੇ ਵਿੱਚ ਥੱਲੇ ਆਪ ਹੀ ਰੱਖ ਕੇ ਤੇ ਉਹਨਾਂ ਨੂੰ ਟੁਕੜਾ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ ਤੇ ਕਹਿਤਾ ਕਿ ਇਹ ਜਿਹੜਾ ਸੋਨੇ ਦਾ ਟੁਕੜਾ ਇਹ ਤੁਹਾਡੀ ਜ਼ਮੀਨ ਚੋਂ ਲੱਭਿਆ ਚਲੋ ਪਰਿਵਾਰ ਵਾਲੇ ਵੀ ਮੂਰਖ ਨੇ ਕਿ ਜਿਹੜੇ ਇੱਕ ਇਹੋ ਜਿਹੀ ਭੇਖੀ ਦੀਆਂ ਗੱਲਾਂ 'ਚ ਆ ਗਏ ਤੇ ਚੰਗਾ ਭਲਾ ਆਪਣਾ ਮਾਰਬਲ ਦਾ ਫਰਸ਼ ਤੜਾ ਆ ਕੇ ਤੇ ਉਦੋਂ ਬਾਅਦ ਉਹਦੇ 'ਚੋਂ ਬੇਵਕੂਫ ਬਣ ਕੇ ਤੇ ਇਹਨੂੰ ਆਪਣੇ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਫਿਰ ਉਹ ਪਰਿਵਾਰ ਵਾਲੇ ਹੋਰ ਇਹਦੀਆਂ ਗੱਲਾਂ 'ਚ ਆ ਕੇ ਮੂਰਖ ਬਣ ਗਏ ਫਿਰ ਉਹਨਾਂ ਨੇ ਹਮਣ ਕਰਾਏ ਤਿੰਨ ਹਮਣ ਕਰਨ ਤੋਂ ਬਾਅਦ ਵੀ ਉਥੇ ਸੁਨੇ ਦਾ ਕੀ ਇੱਕ ਕਿਤੇ ਲੋਹੇ ਦਾ ਚਮਚਾ ਤੱਕ ਨਹੀਂ ਨਿਕਲਿਆ ਤੇ ਐਡਾ ਵੱਡਾ ਪਰਿਵਾਰ ਨੂੰ ਮੂਰਖ ਬਣਾਇਆ ਗਿਆ ਇਕੱਲਾ ਇੱਕ ਪਰਿਵਾਰ ਨਹੀਂ ਹੈ ਪਤਾ ਨਹੀਂ ਅਨੇਕਾਂ ਕਿੰਨੇ ਕ ਬੰਦਿਆਂ ਨੂੰ ਇਸ ਬੰਦੇ ਨੇ ਇਸੇ ਤਰੀਕੇ ਨਾਲ ਲੁੱਟਿਆ ਜਿਦੇ ਸਾਡੇ ਕੋਲ ਪੂਤਾ ਪੂਰੇ ਸਬੂਤ ਨੇ ਇਹਨੇ ਜਿਹੜਾ ਮਾਣਹਾਨੀ ਕਰਨੀ ਕਰ ਲਈ ਜਿਹੜੀਆਂ ਇਹਨੇ ਦਰਖਾਸਤਾਂ ਦੇਣੀਆਂ ਉਹ ਦੇ ਲੇ ਕੱਲੀ ਕੱਲੀ ਗੱਲ ਜਿਹੜੀ ਆਪਾਂ ਆਪਣੀ ਵੀਡੀਓ 'ਚ ਕਵਾਂਗੇ ਉਹ ਸਬੂਤਾਂ ਤੇ ਆਧਾਰਤੇ ਨੇ ਗੁਲਾਬ ਸਿੰਘ ਮੈਨੂੰ ਜਵਾਬ ਦੇ ਕਿ ਸਿੱਖੀ ਦੇ ਵਿੱਚ ਕਿੱਥੇ ਲਿਖਿਆ ਕਿ ਤੁਸੀਂ ਹਮਣ ਕਰਨੇ ਆ ਕਿੱਥੇ ਲਿਖਿਆ ਕਿ ਹਮਣ ਕਰਕੇ ਤੁਸੀਂ ਕਿਤੋਂ ਸੋਨਾ ਕੱਢ ਕੇ ਦੇ ਸਕਦੇ ਹੋ ਜੇ ਤਰ੍ਹਾਂ ਚ ਇੰਨੀਆਂ ਸ਼ਕਤੀਆਂ ਨੇ ਤੇ ਤੁਹਾਡੇ ਕੋ ਆਪਣੇ ਘਰਾਂ ਦੇ ਕਲੇਸ਼ ਤੇ ਮੁੱਕਦੇ ਨਹੀਂ ਤੁਹਾਡੇ ਆਪਣੇ ਘਰਾਂ ਦੇ ਵਿੱਚ ਇੰਨੇ ਕੁਤਕਲੇਸ਼ ਚੱਲਦੇ ਉਹਦੇ ਮੁੱਕਦੇ ਨਹੀਂ ਚਾਚਿਆਂ ਤਾਂ ਇਹਦੇ ਕੁਤਕਲੇਸ਼ ਤੇ ਤੁਹਾਡੇ ਕੋਲ ਮੁੱਕਦੇ ਨਹੀਂ ਜੇ ਤਰਚ ਇੰਨੀਆਂ ਸ਼ਕਤੀਆਂ ਨੇ ਇਹ ਗੱਲ ਦਾ ਮੈਨੂੰ ਜਵਾਬ ਦੇ ਉਦੋਂ ਬਾਅਦ ਇਹ ਹਮਣ ਕਰ ਰਿਹਾ ਇਹਦੀਆਂ ਫੋਟੋਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਮੈਨੂੰ ਜਵਾਬ ਦੇ ਕਿੱਥੇ ਇਹਦੀ ਸ਼ਰੀ ਸਾਹ ਆ ਤੇ ਜਿਹੜਾ ਇਹਨੇ ਪਹਿਰਾਵਾ ਪਾਇਆ ਪੀਲੇ ਕੱਪੜੇ ਨੇ ਚ ਸਾਰੇ ਪਾਏ ਨੇ ਇਹ ਮੈਨੂੰ ਦੱਸੇ ਕਿਹੜੀ ਸਿੱਖੀ ਦਾ ਸਰੂਪ ਆ ਇਹਦੇ ਮੈਨੂੰ ਚੇਲੇ ਵੀ ਜਵਾਬ ਦੇਣ ਇਹ ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ बड़े-बड़े गंभीर मसले गंभीर ਘਟਨਾਵਾਂ ਮੇਰੇ ਸਾਹਮਣੇ ਆਈਆਂ ਇਸ ਗੁਲਾਬ ਸਿੰਘ ਦੇ ਰਿਲੇਟਡ ਇੱਥੋਂ ਤੱਕ ਪਤਾ ਲੱਗਾ ਕਿ ਕੁਝ ਬੰਦਿਆਂ ਦੇ ਇੰਸ਼ੋਰੈਂਸ ਕਰਵਾ ਕੇ ਤੇ ਉਹਨਾਂ ਦੀ ਮੌਤ ਇੱਕ بڑے ਸ਼ੱਕ ਦੇ ਆਧਾਰ ਤੇ ਆਉਂਦੀ ਹੈ ਤੇ ਜਦੋਂ ਉਹ ਇੰਸ਼ੋਰੈਂਸ ਕੰਪਨੀਆਂ ਦੀ ਜਿਹੜੀ ਪੇਮੈਂਟ ਆ ਉਹ ਵੀ ਗੁਲਾਬ ਸਿੰਘ ਦੇ ਨਾਂ ਤੇ ਰਿਲੀਜ਼ ਹੁੰਦੀ ਹੈ ਐਦਾਂ ਦੀਆਂ ਵੀ ਘਟਨਾਵਾਂ ਪੂਰੀਆਂ ਸਾਹਮਣੇ ਆਈਆਂ ਇਹ ਜਿਹੜੀਆਂ ਇੰਸ਼ੋਰੈਂਸ ਵਾਲੀਆਂ ਸਾਰੀ ਬਰੀਫ ਦੇ ਵਿੱਚ ਇਹਦੀ ਵਿੱਚ ਵੀ ਇੱਕ ਲੰਬੀ ਲਿਸਟ ਆ ਤੇ ਇਹਦੇ ਚ ਕਾਫੀ ਬੰਦੇ ਐ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹ ਬੰਦਿਆਂ ਦੇ ਇੰਸ਼ੋਰੈਂਸ ਜਿਹੜੇ ਆ ਉਹ ਗੁਲਾਬ ਸਿੰਘ ਵੱਲੋਂ ਕਰਾਏ ਗਏ ਇੱਕ ਬੰਦਾ ਨੇੜੇ ਪਟਿਆਲੋਂ ਇੱਕ ਬੰਦਾ ਚੁੱਕਿਆ ਜਾਂਦਾ ਉਹਦਾ ਜਾਲੀ ਆਧਾਰ ਕਾਰਡ ਬਣਾਇਆ ਜਾਂਦਾ ਆਧਾਰ ਕਾਰਡ ਬਣਾਉਣ ਤੋਂ ਬਾਅਦ ਉਹਦਾ ਇੰਸ਼ੋਰੈਂਸ ਕਰਾਇਆ ਜਾਂਦਾ ਉਹਦੀਆਂ ਕੁਸ਼ਕ ਕਿਸ਼ਤਾਂ ਜਿਹੜੀਆਂ ਮਹੀਨੇ ਵਾਲੀਆਂ ਉਹ ਤਾਰੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉਦੀ ਇੱਕ ਸ਼ੱਕੀ ਆਧਾਰ ਤੇ ਉਦੀ ਮੌਤ ਹੋ ਜਾਂਦੀ ਹੈ ਔਰ ਇਹ ਇਸ ਕਾਂਡ ਦੇ ਵਿੱਚ ਕੱਲਾ ਇੱਕ ਬੰਦਾ ਇਨਵੋਲਵ ਨਹੀਂ ਹੈ ਇਹਦੇ ਵਿੱਚ ਇੰਸ਼ੋਰੈਂਸ ਪਾਲਸੀ ਵਾਲਾ ਏਜੰਟ ਇਨਵੋਲ ਹੈ ਡਾਕਟਰ ਇਨਵੋਲ ਹੈ ਤੇ ਖੁਦ ਇਹ ਜਿਹੜੇ ਭੇਖੀ ਸਾਧ ਨੇ ਉਹ ਇਨਵੋਲ ਨੇ ਐਡਾ ਵੱਡਾ ਕਾਂਡ ਚੱਲ ਰਿਹਾ ਤੇ ਪਹਿਰਾਵਾ ਸਿੱਖੀ ਦਾ ਗੱਲਾਂ ਸਿੱਖੀ ਦੀਆਂ ਹੁਣ ਗੁਲਾਬ ਸਿੰਘ ਦੇ ਨਾਲ ਢੱਡਰੀਆਂ ਵਾਲੇ ਦੀ ਚੇਲਿਆਂ ਦੀ ਵੀ ਪੂਰੀ ਸਪੋਰਟ ਆ ਮੈਨੂੰ ਚਲੋ ਢੜਰੀਆਂ ਵਾਲੇ ਦੇ ਚੇਲੇ ਹੀ ਜਵਾਬ ਦੇ ਦੇਣਾ ਇਹ ਹਮਣ ਹਮਣ ਦਾ ਹੋਰ ਜਿਹੜੇ ਡੰਡ ਪਖੰਡ ਦਾ ਉਹ ਵਿਰੋਧ ਕਰਦੇ ਆ ਮੈਨੂੰ ਢੜਰੀਆਂ ਵਾਲੇ ਦੇ ਚੇਲੇ ਤੇ ਜਾਂ ਗਲਾਬ ਸਿੰਘ ਦੇ ਚੇਲੇ ਹੀ ਜਵਾਬ ਦੇ ਦੇਣ ਕਿ ਇਹ ਹਮਣ ਕਿਉਂ ਕੀਤਾ ਜਾ ਰਿਹਾ ਤੇ ਜਿਹੜੀ ਮੈਂ ਸੋਨੇ ਵਾਲੀ ਗੱਲ ਦੱਸੀ ਆ ਇਹ ਝੂਠੀ ਐ ਕੀ ਗੱਲ ਐ ਸਾਬਤ ਕਰ ਸਕਦੇ ਆ ਜੇ ਇਹਨਾਂ ਦੇ ਦਿਮਾਗ 'ਚ ਕੋਈ ਇਹਦਾ ਸਪਸ਼ਟੀਕਰਨ ਕੋਈ ਗੱਲਬਾਤ ਆ ਮਰਨਾ ਸਿੱਧੀ ਫੋਨ ਤੇ ਗੱਲ ਕਰਨ ਸਾਰਿਆਂ ਚੇਲਿਆਂ ਕੋਲ ਨੰਬਰ ਮੇਰੇ ਹੈ ਗਈ ਆ ਸੋ ਦੋਸਤੋ ਇਹ ਨੇ ਇਹਨਾਂ ਦੇ ਅਸਲੀ ਚਿਹਰੇ ਭੇਖੀ ਸਾਧਾਂ ਦੇ ਪਖੰਡੀ ਸਾਧਾਂ ਦੇ ਬਾਰ-ਬਾਰ ਮੈਂ ਤੁਹਾਨੂੰ ਕਹਿ ਰਿਹਾ ਕਿ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਬੜੀਆਂ ਸੁਰੀਲੀਆਂ ਆਵਾਜ਼ਾਂ ਕੱਢਦੇ ਨੇ ਸਟੇਜਾਂ ਤੋਂ ਬਹੁਤ ਸੋਹਣੇ ਢੋਲਕੀਆਂ ਚੁੰਟੇ ਖੜਕਾਉਂਦੇ ਨੇ ਪਰ ਇਹਨਾਂ ਦੇ ਬੈਕ ਸਟੇਜ ਅਸਲ ਕਿਰਦਾਰ ਇਹ ਨੇ ਇਸ ਤਰੀਕੇ ਨਾਲ ਲੋਕਾਂ ਨੂੰ ਲੁੱਟ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਤੇ ਫਿਰ ਇਹ ਪੈਸੇ ਕਮਾਉਂਦੇ ਨੇ ਤੇ ਫਿਰ ਕਹਿੰਦੇ ਜੀ ਨਾ ਜੀ ਸਾਡੀ ਚੜ੍ਹਦੀ ਕਲਾ ਬੜੀ ਐ ਸਾਡੇ ਦੀਵਾਨ ਬੜੇ ਕਰਤੂਤਾਂ ਇਹ ਨੇ ਔਰ ਕੱਲਾ ਗੁਲਾਬ ਸਿੰਘ ਨਹੀਂ ਕੁਝ ਕਿ ਇਹਦੇ ਬਾਬੇ ਜਿਨ੍ਹਾਂ ਦੀ ਹੋਰ ਕਰਤੂਤਾਂ ਸਾਹਮਣੇ ਆਏ ਇੱਕ ਹੁਸ਼ਿਆਰਪੁਰ ਦਾ ਬਾਬਾ ਹੈ ਜਿਹਦੇ ਘਰ ਚ ਮੂਰਤੀਆਂ ਲੱਗੀਆਂ ਜਿਹੜਾ ਪੀਰਾਂ ਨੂੰ ਮੰਨਦਾ ਗੁਰਦੁਆਰੇ ਦੇ ਆਪਣੇ ਘਰ ਦੇ ਅੰਦਰ ਹੀ ਉਹਨੇ ਸਾਰੀਆਂ ਮੂਰਤੀਆਂ ਲਾਈਆਂ ਦੇਵੀ-ਦੇਵਤਿਆਂ ਦੀਆਂ ਉਸ ਤੋਂ ਬਾਅਦ ਉਹਨੇ ਮੂਰਤੀਆਂ ਲਾਈਆਂ ਕਿਨੇ ਇੱਕ ਅਖੌਤੀ ਕੁਝ ਬਾਣੇ ਵਾਲੀਆਂ ਕੁਝ ਮਾਈਆਂ ਨੇ ਉਹਨਾਂ ਦੀਆਂ ਆਪਣੇ ਉੱਥੇ ਮੂਰਤੀਆਂ ਲਾਈਆਂ ਗੁਰਦੁਆਰੇ ਦੇ ਅੰਦਰ ਜਿਹੜਾ ਇਹਨੇ ਆਪਣਾ ਇੱਕ ਯਾਤਰੀ ਨਿਵਾਸ ਘਰ ਬਣਾਇਆ ਉੱਥੇ ਸਾਰੀਆਂ ਮੂਰਤੀਆਂ ਲਾਈਆਂ ਉਹਦੇ ਬਾਰੇ ਵੀ ਆਪਾਂ ਖੁਲਾਸੇ ਕਰਾਂਗੇ ਅੱਗੇ-ਅੱਗੇ ਬਹੁਤ ਕੁਝ ਹੈਗਾ ਫਿਲਹਾਲ ਦੀ ਘੜੀ ਜਿਹੜੀ ਗਲਾਬ ਸਿੰਘ ਦੀ ਕਰਤੂਤ ਆ ਇਹਦਾ ਗਲਾਬ ਸਿੰਘ ਸਪਸ਼ਟੀਕਰਨ ਦੇ ਇਹਦੇ ਚੇਲੇ ਸਪਸ਼ਟੀਕਰਨ ਦੇਣ ਜੇ ਇਹ ਗੱਲਾਂ ਝੂਠ ਨੇ ਤੇ ਮੈਨੂੰ ਦੱਸਣ ਇਸ ਵੀਡੀਓ ਦੇ ਵਿੱਚ ਕਈ ਹਰੇਕ ਗੱਲ ਦਾ ਮੈਂ ਜਵਾਬ ਦੇ ਆ ਤੇ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਜਿਹੜੀ ਕਰਤੂਤ ਆ ਇਹ ਸਾਰੀ ਦੁਨੀਆ ਨੂੰ ਪਤਾ ਚੱਲ ਸਗੇ ਤੇ ਇੱਕ ਹੋਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਗੁਲਾਬ ਸਿੰਘ ਦੇ ਪੀੜਤ ਜਿੰਨੇ ਵੀ ਬੰਦੇ ਨੇ ਸਾਰੇ ਮੇਰੇ ਨਾਲ ਸੰਪਰਕ ਕਰਨਾ ਕੱਲਾ ਗੁਲਾਬ ਸਿੰਘ ਨਹੀਂ ਕਿਸੇ ਵੀ ਭੇਖੀ ਸਾਧ ਕਿਸੇ ਵੀ ਪਖੰਡੀ ਬਾਬੇ ਦੇ ਜਿੰਨੇ ਪੀੜਤ ਨੇ ਸਾਰੇ ਮੇਰੇ ਨਾਲ ਸੰਪਰਕ ਕਰਨਾ ਉਦੋਂ ਬਾਅਦ ਇੱਕ ਗੱਲ ਹੋਰ ਨਾਲ ਸੁਣ ਲੋ ਇੱਕ ਮੁੰਡੇ ਦੇ ਸਰੀਰ ਨੂੰ ਕਰੰਟ ਲਾ ਕੇ ਉਹਨੂੰ ਮਾਰ ਦਿੱਤਾ ਗਿਆ ਇਸ ਕਾਂਡ ਕਰਕੇ ਇਸ ਸਾਧ ਨੂੰ ਇਸ ਭੇਖੀ ਸਾਧ ਨੂੰ ਉਹ 70 ਵੀ ਪਏ ਹੀ ਗਏ ਉਹਦੀ ਪਿੱਛੇ ਤੁਸੀਂ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਪਰ ਜ਼ਿਆਦਾਤਰ ਲੋਕਾਂ ਨੂੰ ਉਸ ਵੀਡੀਓ ਦੀ ਅਸਲੀਅਤ ਨਹੀਂ ਪਤਾ ਉਹ ਵੀਡੀਓ ਵੀ ਨਾਲ ਦੇ ਨਾਲ ਸਕਰੀਨ ਤੇ ਚੱਲ ਰਹੀ ਹੈ ਉਹ ਤੁਸੀਂ ਦੇਖ ਲਓ ਐਦਾਂ ਦੇ ਹੋਰ ਬੜੇ ਕਾਂਡ ਨੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਕੁਝ ਵੀ ਤੁਹਾਡੇ ਕੋਲ ਡਾਟਾ ਹੈਗਾ ਪਖੰਡੀ ਸਾਧਾਂ ਦੇ ਰਿਲੇਟਡ ਜਿੰਨੇ ਸਾਧ ਕਿਸੇ ਦਾ ਸਾਨੂੰ ਕੋਈ ਡਰ ਪਾਉਣੀ ਗੁਰੂ ਸਾਹਿਬ ਕਿਰਪਾ ਕਰਨ ਸਵਾਸ ਚੱਲਦੇ ਰਹੇ ਲਕ ਲਕ ਨੰਗਾ ਜ਼ਰੂਰ ਕਰਕੇ ਜਾਊਂਗਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਮਿਲਦਿਆਂ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ